सब्सक्राइब करो चढ़दिखला टाइम टीवी नू ते लेटेस्ट अपडेट पाउन ले प्रेस करो बेल आइकन। ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ ਟਾਈਮ ਟੀ ਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਖਬਰ 'ਤੇ ਨਜ਼ਰ ਸ਼ੋਅ, ਮੈਂ ਹਾਂ ਤੁਹਾਡੇ ਨਾਲ ਮਨਦੀਪ ਕੌਰ ਖਾਲਸਾ ਅਤੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਰੋਜ਼ਾਨਾ ਚੜ੍ਹਦੀ ਕਲਾ ਦੇ ਸੰਪਾਦਕ ਦਰਸ਼ਨ ਸਿੰਘ ਜੀ। ਦਰਸ਼ਕ ਦਰਸ਼ਕ ਜੀ, ਸਵਾਗਤ ਹੈ ਜੀ ਅੱਜ ਦਾ। ਦਰਸ਼ਕ ਜੀ, ਜੇ ਅਸੀਂ ਸ਼ੁਰੂਆਤ ਕਰੀਏ ਤਾਂ ਡੱਬਵਾੜੀ ਦੇ ਵਿੱਚ ਨਸ਼ਾ ਤਸਕਰਾਂ ਨੂੰ ਫੜਨ ਗਈ ਪੰਜਾਬ ਪੁਲਿਸ ਦੀ ਟੀਮ ਦੇ ਨਾਲ ਝੜਪ ਹੋਈ। ਮਨਦੀਪ ਜੀ, ਵਾਰੀ ਚੱਕ ਦੀ ਮੌਤ ਹੋਈ। ਹਾਂਜੀ ਮਨਦੀਪ ਜੀ, ਇਹ ਜਿਹੜੇ ਹੈਗੀ ਹੈ ਘਟਨਾ ਹੈ, ਇਹਨੇ ਇੱਕ ਵਾਰੀ ਫੇਰ ਜਿਹੜੇ ਹੈਗਾ ਜਿਹੜੀ ਪੁਲਿਸ ਦੀ ਕਾਰਗੁਜ਼ਾਰੀ ਉੱਤੇ ਵੀ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ। ਅਤੇ ਇਹ ਵੀ ਮਤਲਬ ਗੱਲ ਸਾਹਮਣੇ ਆਈ ਹੈ ਕਿ ਨਸ਼ਾ ਤਸਕਰਾਂ ਦੇ ਜਿਹੜੇ ਹੌਸਲੇ ਕਿੰਨੇ ਵੱਧ ਗਏ ਨੇ ਕਿ ਉਹ ਪੁਲਿਸ ਨੂੰ ਮਤਲਬ ਟਿੱਚ ਸਮਝਦੇ ਆ। ਅਤੇ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਪਹਿਲਾਂ ਵੀ ਪੰਜਾਬ ਦੇ ਵਿੱਚ ਵਾਪਰੀਆਂ ਨੇ, ਜਿਨ੍ਹਾਂ ਵਿੱਚੋਂ ਖਾਸ ਤੌਰ 'ਤੇ ਤਰਨ ਤਾਰਨ ਦੇ ਜਿਹੜੇ ਹੈਗਾ ਚੌਗਾਵਾਂ ਦੇ ਵਿੱਚ ਵਾਪਰੀ ਸੀਗੀ, ਜਿਹਦੇ ਵਿੱਚ ਇੱਕ ਪੁਲਿਸ ਪਾਰਟੀ ਨੂੰ ਜਿਹੜਾ ਹੈਗਾ ਬੰਧਕ ਬਣਾ ਲਿਆ ਸੀਗਾ, ਠਾੜੇਦਾਰ ਨੂੰ ਕੁੱਟਿਆ ਵੀ ਸੀਗਾ। ਅਤੇ ਮੁੱਖ ਮੰਤਰੀ ਪੰਜਾਬ ਨੇ ਜਿਹੜੇ ਮੂਕ ਦਰਸ਼ਕ ਬਣੇ ਰਹੇ ਪੁਲਿਸ ਵਾਲੇ, ਉਹਨਾਂ ਨੂੰ ਫਿਰ ਬਰਤਰਫ ਵੀ ਕਰਤਾ ਸੀਗਾ। ਇਸ ਤੋਂ ਇਲਾਵਾ ਆਪਾਂ ਹੋਰ ਵੀ ਦੇਖਿਆ ਨੇ ਪਿਛਲੇ ਦਿਨੀ ਜਿਹੜੇ ਹੈਗੇ ਆ ਪੁਲਿਸ ਅਤੇ ਤਸਕਰਾਂ ਵਿਚਾਲੇ ਇੱਕ ਜਿਹੜੀ ਹੈਗੀ ਝੜਪ ਹੋਈ ਸੀਗੀ, ਜਿਹਦੇ ਵਿੱਚ ਇੱਕ ਪੁਲਿਸ ਵਾਲਾ ਮਾਰਿਆ ਵੀ ਗਿਆ ਸੀਗਾ। ਅਤੇ ਪੁਲਿਸ ਜਿਹੜੇ ਹੈਗੇ ਤਸਕਰ ਹੁਣ ਸਿਰਫ ਨਸ਼ਾ ਹੀ ਦੀ ਤਸਕਰੀ ਨਹੀਂ ਕਰਦੇ ਹੈਗੇ, ਇਸ ਤੋਂ ਇਲਾਵਾ ਉਹ ਹਥਿਆਰਾਂ ਦੀ ਵੀ ਤਸਕਰੀ ਕਰਨ ਲੱਗ ਪਏ ਨੇ। ਅਤੇ ਇਹ ਜਿਹੜਾ ਕਰ ਕਰਾ ਕੇ ਸਰਕਾਰ ਜਿਹੜੀ ਕਹਿ ਰਹੀ ਹੈ ਕਿ ਅਸੀਂ ਤਸਕਰਾਂ ਦੀ ਜਿਹੜੀ ਲੱਕ ਤੋੜ ਦਿੱਤਾ, ਉਹ ਅਜਿਹਾ ਲੱਗਦਾ ਨਹੀਂ ਹੈਗਾ। ਅਤੇ ਨਸ਼ਾ ਤਸਕਰ ਦੇਖ ਲਓ ਕਿੰਨੇ ਜ਼ਿਆਦਾ ਮਤਲਬ ਤਾਕਤਵਰ, ਹਿੰਮਤ ਕਿੰਨੀ ਵੱਧ ਗਈ ਹੈ। ਇਹ ਜਿਹੜੀ ਕੱਲ੍ਹ ਘਟਨਾ ਵਾਪਰੀ ਹੈ, ਬਠਿੰਡਾ ਪੁਲਿਸ ਨੇ ਦੋ ਬੰਦੇ ਫੜੇ ਸੀਗੇ ਜਿਨ੍ਹਾਂ ਕੋਲੋਂ ਨਸ਼ੇ ਦੀਆਂ ਗੋਲੀਆਂ ਫੜੀਆਂ ਗਈਆਂ ਸੀਗੀਆਂ। ਅਤੇ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ, ਉਹਨਾਂ ਨੇ ਦੱਸਿਆ ਕਿ ਜਿਹੜਾ ਸਿਰਸਾ ਦੇ ਵਿੱਚ ਹੈਗੇ ਡੱਬਵਾਲੀ ਦੇ ਕੋਲ ਦੇਸੂ ਯੋਧਾ ਪਿੰਡ ਹੈ, ਉੱਥੇ ਜਿਹੜਾ ਕੁਲਵਿੰਦਰ ਨਾਂ ਦਾ ਬੰਦਾ ਹੈ, ਉਦੋਂ ਅਸੀਂ ਇਹ ਹਾਸਲ ਕੀਤੀਆਂ ਨੇ। ਜਿਹੜੀ ਪੰਜਾਬ ਪੁਲਿਸ ਹੈ ਉਹਨਾਂ ਨੂੰ ਜਦੋਂ ਫੜਨ ਗਈ ਤਾਂ ਉੱਥੇ ਇਹ ਲੋਕਾਂ 'ਤੇ ਪੁਲਿਸ ਵਿਚਾਲੇ ਝੜਪ ਹੋ ਗਈ। ਦੱਸਿਆ ਜਾਂਦਾ ਕਿ ਪੁਲਿਸ ਦੀ ਗੋਲੀ ਦੇ ਨਾਲ ਜਿਹੜਾ ਹੈਗਾ ਨਸ਼ਾ ਤਸਕਰ ਹੈ, ਉਹਦਾ ਜਿਹੜਾ ਚਾਚਾ ਵੀ ਮਾਰਿਆ ਗਿਆ। ਅਤੇ ਉਸ ਸਮੇਂ ਜਿਹੜਾ ਲੋਕਾਂ ਨੇ ਜਿਹੜਾ ਜਿਹੜੀ ਵੀਡੀਓ ਸਾਹਮਣੇ ਆਈ ਹੈ ਉਹ ਬੜੀ ਖਤਰਨਾਕ ਹੈ, ਰੌਂਗਟੇ ਖੜ੍ਹੇ ਕਰਨ ਵਾਲੀ ਹੈ, ਜਿਹਦੇ ਵਿੱਚ ਪੁਲਿਸ ਵਾਲਿਆਂ ਨੂੰ ਬਹੁਤ ਬੁਰੇ ਤਰੀਕੇ ਦੇ ਨਾਲ ਕੁੱਟਿਆ ਜਾ ਰਿਹਾ। ਅਤੇ ਇਹਦੇ ਵਿੱਚ ਜਿਹੜਾ ਹੈਗਾ ਇਹ ਦੋ ਪੁਲਿਸ ਵਾਲੇ ਬਹੁਤ ਜ਼ਿਆਦਾ ਗੰਭੀਰ ਹੋਏ, ਤਾਂ ਅੱਧਾ ਦਰਜਨ ਜ਼ਖਮੀ ਨੇ, ਪਰ ਪੁਲਿਸ ਵਾਲੇ ਬਹੁਤ ਜ਼ਿਆਦਾ ਦੋ ਜਿਹੜੇ ਹੈਗੇ ਗੰਭੀਰ ਰੂਪ ਵਿੱਚ ਜ਼ਖਮੀ, ਇੱਕ ਦੇ ਤਾਂ ਗੋਲੀ ਵੀ ਵੱਜੀ ਹੈ। ਅਤੇ ਜਿਹੜੀ ਇਸ ਕਰਕੇ ਕਿ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜੀ ਹਰਿਆਣਾ ਪੁਲਿਸ ਨੇ ਵੀ ਇਹ ਗੱਲ ਕਹੀ ਹੈ ਕਿ ਜਿਹੜੀ ਪੰਜਾਬ ਪੁਲਿਸ ਨੇ ਜੇਕਰ ਉਹਨਾਂ ਨੂੰ ਗ੍ਰਿਫਤਾਰ ਕਰਨਾ ਸੀਗਾ ਤਾਂ ਸਾਨੂੰ ਇਨਫੋਰਮ ਕਰਨਾ ਚਾਹੀਦਾ ਸੀ, ਕਿ ਜਾਣਕਾਰੀ ਦੇਣੀ ਚਾਹੀਦੀ ਸੀਗੀ। ਅਤੇ ਇਹ ਵੀ ਜ਼ਰੂਰੀ ਹੈ ਕਿ ਜੇ ਪੁਲਿਸ ਨੇ ਕਿਸੇ ਨੂੰ ਗ੍ਰਿਫਤਾਰ ਕਰਨਾ ਜਾਂ ਉਹਦੇ ਵਿੱਚ ਜਿਹੜੇ ਨਿਯਮ ਬਣੇ ਹੋਇਆ ਉਹਨਾਂ ਨੂੰ ਫਾਲੋ ਕਰਨਾ ਕਰਨਾ ਚਾਹੀਦਾ। ਅਤੇ ਜੇਕਰ ਉਹ ਇਸ ਤਰ੍ਹਾਂ ਨਾ ਹੁੰਦੇ ਤਾਂ ਹੋ ਸਕਦਾ ਇਹ ਬਚਾਅ ਵੀ ਹੋ ਜਾਂਦਾ, ਐਡਾ ਝੜਪ ਨਾ ਹੁੰਦੀ। ਅਤੇ ਇਹਦੇ ਨਾਲ ਦੇਖੋ ਕਿੰਨਾ ਜ਼ਿਆਦਾ ਨੁਕਸਾਨ ਹੋਇਆ। ਅਤੇ ਜਿਹੜੀ ਪੁਲਿਸ ਦੇ ਉੱਤੇ ਵੀ ਹੁਣ ਪ੍ਰਸ਼ਨ ਚਿੰਨ੍ਹ ਲੱਗੇ ਵੀ ਜਿਹੜੀ ਪੁਲਿਸ ਹੈ ਜਾਂਦੀ ਹੈ ਕੁੱਟ ਖਾ ਲੈਂਦੀ ਹੈ, ਜਦਕਿ ਪੁਲਿਸ ਦਾ ਕੰਮ ਇਹ ਹੈ ਕਿ ਕਾਨੂੰਨ ਅਤੇ ਵਿਵਸਥਾ ਦੇ ਉੱਤੇ ਕਾਬੂ ਪਾਉਣਾ ਅਤੇ ਜਿਹੜੇ ਹੈਗੇ ਇਹ ਨਸ਼ਾ ਤਸਕਰਾਂ ਨੂੰ ਫੜਨਾ। ਜੇ ਨਸ਼ਾ ਤਸਕਰ ਇਸ ਤਰੀਕੇ ਨਾਲ ਕੁੱਟਮਾਰ ਕਰਦੇ ਰਹਿਣਗੇ ਤਾਂ ਇਹਦੇ ਨਾਲ ਪੂਰੀ ਪੁਲਿਸ ਦਾ ਹੀ ਮਨੋਬਲ ਡਿੱਗੂਗਾ ਅਤੇ ਇਹਦੇ ਨਾਲ ਜਿਹੜਾ ਹੋਊਗਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਸ਼ਾ ਤਸਕਰ ਹੋਰ ਵੀ ਜ਼ਿਆਦਾ ਖੂੰਖਾਰ ਅਤੇ ਖਤਰਨਾਕ ਹੋ ਸਕਦੇ ਹੈ। ਬਿਲਕੁਲ ਜੀ, ਬਿਲਕੁਲ। ਦਰਸ਼ਕ ਜੀ, RSS ਨੇ ਜਿਹੜਾ ਐਲਾਨ ਕੀਤਾ ਸੀ, ਮੋਹਨ ਭਾਗਵਤ ਨੇ ਕਿਹਾ ਸੀ ਕਿ ਭਾਰਤ ਇੱਕ ਹਿੰਦੂ ਰਾਸ਼ਟਰ ਹੈ, ਉਸਦੇ ਕਾਰਨ ਹੁਣ ਅਕਾਲੀ ਦਲ ਵਾਲੇ ਇੱਕ ਸੁੱਤੇ ਫਸੇ ਆ ਜੀ। ਹਾਂਜੀ, ਅਕਾਲੀ ਦਲ ਇਸ ਗੱਲ ਕਰਕੇ ਇੱਕ ਸੁੱਤਾ ਫਸ ਗਿਆ ਕਿ ਜਿਹੜੀ ਉਹ ਭਾਰਤੀ ਜਨਤਾ ਪਾਰਟੀ ਦਾ ਭਾਈਵਾਲ ਪਾਰਟੀ ਹੈਗੀ ਹੈ ਜੀ। ਅਤੇ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹ RSS ਤੋਂ ਮਤਲਬ ਹਰੇਕ ਤਰ੍ਹਾਂ ਦਾ ਆਦੇਸ਼ ਲੈਂਦੀ ਹੈ ਅਤੇ ਉਸ ਦੇ ਕਹੇ ਅਨੁਸਾਰ ਏਜੰਡਾ ਤੈਅ ਕਰਦੀ ਹੈ। ਅਤੇ ਜਿਹੜਾ ਹੈਗਾ ਮੋਹਨ ਭਾਗਵਤ ਨੇ ਸ਼ਰੇਆਮ ਇਹ ਗੱਲ ਕਹਿ ਦਿੱਤੀ, ਅੱਗੇ ਜੋ ਗੱਲਬਾਤ ਹੁੰਦੀ ਸੀ ਲੁਕਵੇਂ ਤੌਰ 'ਤੇ ਕਹੀ ਜਾਂਦੀ ਸੀਗੀ, ਇਹ ਸ਼ਰੇਆਮ ਕਹਿਣ ਦੇ ਨਾਲ ਕੀ ਹੈਗਾ ਕਿ ਅਕਾਲੀ ਦਲ ਦੀ ਜਿਹੜੀ ਹੈਗੀ ਹੈ ਉਹਦੇ ਵਿੱਚ ਪ੍ਰਸ਼ਨ ਚਿੰਨ੍ਹ ਲੱਗ ਗਿਆ ਵੀ ਤੁਸੀਂ ਦੱਸੋ ਤੁਹਾਡਾ ਕੀ ਸਟੈਂਡ ਹੈ। ਹਾਲੇ ਤੱਕ ਕੋਈ ਜਿਹੜਾ ਹੈ ਅਕਾਲੀ ਲੀਡਰ ਇਸ ਸੰਬੰਧ 'ਚ ਬੋਲਿਆ ਨਹੀਂ ਹੈਗਾ। ਇਸ ਸੰਬੰਧ ਵਿੱਚ ਜਿਹੜੇ ਕੇਸਗੜ੍ਹ ਦੇ ਜਥੇਦਾਰ ਨੇ ਰਘਵੀਰ ਸਿੰਘ, ਉਹਨਾਂ ਨੇ ਕਿਹਾ ਕਿ ਜਿਹੜਾ ਸਾਡਾ ਦੇਸ਼ ਹੈ
ਇਹ ਬਹੁਤ ਸੱਭਿਆਚਾਰਕ ਹੈ। ਇੱਥੇ ਦੀਆਂ ਵੱਖ ਵੱਖ ਭਾਸ਼ਾਵਾਂ ਨੇ। ਇੱਥੇ ਜਿਹੜਾ ਸਿੱਖ ਧਰਮ ਹੈ ਉਹ ਇੱਕ ਨਿਆਰਾ ਧਰਮ ਹੈ, ਉਹਨੂੰ ਅਸੀਂ ਹਿੰਦੂ ਧਰਮ ਦੇ ਨਾਲ ਜੋੜ ਕੇ ਨਹੀਂ ਦੇਖ ਸਕਦੇ ਹੈਗੇ। ਅਤੇ ਜਿਹੜਾ ਹੈਗਾ ਇਸ ਗੱਲ ਕਰਕੇ ਵੀ ਜਿਹੜਾ ਸਿੱਖ ਧਰਮ ਨੂੰ ਹਿੰਦੂ ਧਰਮ ਨਾਲ ਨਹੀਂ ਮਿਲਾਇਆ ਜਾ ਸਕਦਾ। ਇਸ ਸੰਬੰਧ ਵਿੱਚ ਸਿਰਫ ਆਪਣੇ ਜਥੇਦਾਰ ਸਾਹਿਬ ਨਹੀਂ ਹੈਗੇ, ਬੁੱਧੀਜੀਵੀ ਵੀ ਇਸ ਗੱਲ 'ਤੇ ਮਤਲਬ ਸਵਾਲ ਚੁੱਕ ਰਹੇ ਨੇ ਵੀ ਜੋ ਪੂਰਾ ਹਿੰਦੁਸਤਾਨ ਦੇ ਵਿੱਚ ਜਿਹੜਾ ਮੀਡੀਆ ਹੈ ਵੀ ਇਸ ਉੱਤੇ ਗੱਲ ਕਰ ਰਿਹਾ। ਕੱਲ੍ਹ ਆਪਾਂ ਵੀ ਇਸ ਸੰਬੰਧ ਵਿੱਚ ਚਰਚਾ ਕੀਤੀ ਹੈ ਕਿ ਜਿਹੜਾ ਮਤਲਬ ਇਹ ਇੱਕ ਰਾਸ਼ਟਰ ਦੇ ਵਿੱਚ ਹਿੰਦੂ ਰਾਸ਼ਟਰ ਦੀ ਗੱਲ ਕੀਤੀ ਹੈ, ਇਹ ਬਹੁਤ ਖਤਰਨਾਕ ਹੈ ਅਤੇ ਮੰਦਭਾਗੀ ਵੀ ਹੈਗੀ ਹੈ ਜੀ। ਦਰਸ਼ਕ ਜੀ ਅੱਗੇ ਵੱਧਦੇ ਹਾਂ। ਕਾਂਗਰਸੀ ਨੇਤਾ ਆਚਾਰੀਆ ਪ੍ਰਮੋਦ ਦਾ ਇੱਕ ਬਿਆਨ ਆਇਆ, ਉਹਨਾਂ ਨੇ ਕਿਹਾ ਹੈ ਕਿ ਹੋਰ ਤਾਂ ਚਲੋ ਗੱਲ ਛੱਡੋ, ਰਾਫੇਲ ਦਾ ਵੀ ਹੁਣ ਫਿਰਕੂਕਰਨ ਹੋ ਗਿਆ। ਹਾਂ ਬਿਲਕੁਲ, ਇਹ ਜਿਹੜਾ RSS ਦੇ ਨਾਲ ਗੱਲ ਜੁੜੀ ਹੋਈ ਹੈ, ਜਿਹੜੀ ਮਤਲਬ ਇੱਕ ਤਰੀਕੇ ਦਾ ਰਾਫੇਲ ਦਾ ਵੀ ਹਿੰਦੂਕਰਨ ਹੋ ਗਿਆ। ਬਿਲਕੁਲ ਜੀ, ਹਾਂਜੀ, ਉਹ ਰਾਫੇਲ ਜਿਹੜਾ ਹੈਗਾ ਰਾਫੇਲ ਚੰਦ ਬਣ ਗਿਆ, ਜਾਂ ਰਾਫੇਲ ਕੁਮਾਰ ਕਹਿ ਲਿਆ, ਰਾਫੇਲ ਗੁਪਤਾ ਜਾਂ ਰਾਫੇਲ ਸ਼ਰਮਾ, ਕੁਛ ਵੀ ਕਿਹਾ ਜਾ ਸਕਦਾ। ਠੀਕ ਹੈ, ਅਤੇ ਦੇਖੋ ਕਿੰਨੀ ਮਤਲਬ ਇਹਨੂੰ ਮੰਦਭਾਗੀ ਗੱਲ ਕਹੀ ਜਾ ਸਕਦੀ ਹੈ ਕਿ ਕਿੱਥੇ ਤਾਂ ਅਸੀਂ ਅਤਿ ਆਧੁਨਿਕ ਜਿਹੜੇ ਵਿਗਿਆਨਕ ਤੌਰ 'ਤੇ ਬਣਾਏ ਗਏ ਮਤਲਬ ਜਹਾਜ਼ ਨੇ, ਹਾਂ, ਜਿਹਦੇ 'ਤੇ ਅਸੀਂ ਕਰੋੜਾਂ ਰੁਪਏ ਖਰਚ ਰਹੇ ਹਾਂ, ਜਿਹੜਾ ਮਿੰਟਾਂ ਦੇ ਵਿੱਚ ਜਿਹੜਾ ਹੈਗਾ ਕਿਸੇ ਨੂੰ ਵੀ ਤਬਾਹ ਕਰ ਸਕਦਾ ਸਾਡੇ ਦੁਸ਼ਮਣ ਨੂੰ। ਅਤੇ ਇਹੋ ਜਿਹਾ ਅਤਿ ਆਧੁਨਿਕ ਜਹਾਜ਼ ਹੈ ਜਿਹਨੂੰ ਅਸੀਂ ਲੈਣ ਦੇ ਲਈ ਬਹੁਤ ਦੇਰ ਤੋਂ ਅਸੀਂ ਤਿਆਰੀਆਂ ਕਰ ਰਹੇ ਸੀਗੇ, ਅਤੇ ਉਸ ਦੇ ਉਸ ਜਹਾਜ਼ ਦੀ ਰੱਖਿਆ ਦੇ ਲਈ ਅਸੀਂ ਨਿੰਬੂ ਟਾਇਰਾਂ ਦੇ ਹੇਠਾਂ ਰੱਖ ਰਹੇ ਹਾਂ, ਮਿਰਚਾਂ ਰੱਖ ਰਹੇ ਹਾਂ, ਅਤੇ ਉਹਦੇ ਉੱਤੇ ਜਿਹੜਾ ਹੈਗਾ ਮੌਲੀ ਬਣ ਰਹੇ ਹਾਂ, ਅਤੇ ਉਸ ਦੇ ਉੱਤੇ ਓਮ ਲਿਖ ਰਹੇ ਹਾਂ ਚੰਦਨ ਦੇ ਨਾਲ। ਹੁਣ ਮਤਲਬ ਇਹ ਕੀ ਕਿੱਧਰ ਨੂੰ ਮਤਲਬ ਇਹਦਾ ਕੀ ਜਸਟੀਫਿਕੇਸ਼ਨ ਹੈਗਾ? ਅਤੇ ਉਹ ਇਸ ਸੰਬੰਧ ਦੇ ਵਿੱਚ ਵੀ ਮਤਲਬ ਬਹੁਤ ਚਰਚਾ ਛਿੜੀ ਹੋਈ ਹੈ ਵੀ ਮਤਲਬ ਉਹ ਜਿਹੜਾ ਆਚਾਰੀਆ ਪ੍ਰਬੋਧ ਨੇ ਟਵੀਟ ਕੀਤਾ ਕਿ ਉਹਨੇ ਲਿਖਿਆ ਕਿ ਕਹਿੰਦਾ ਜਿਹੜਾ ਇੱਕ ਰੱਖਿਆ ਮੰਤਰੀ ਹਿੰਦੂ ਹੈ, ਇਸ ਗੱਲ ਕਰਕੇ ਉਹਨੇ ਓਮ ਲਿਖ ਦਿੱਤਾ। ਜੇ ਸਾਡਾ ਦੇਸ਼ ਦਾ ਰੱਖਿਆ ਮੰਤਰੀ ਉਹ ਹੁੰਦਾ ਕੋਈ ਮੁਸਲਮਾਨ ਆਉਂਦਾ, ਕੀ ਉੱਥੇ ਜਾ ਕੇ ਬਾਂਗ ਦਿੰਦਾ? ਠੀਕ ਹੈ ਨਾ, ਇਸ ਗੱਲ ਕਰਕੇ ਜਿਹੜਾ ਹੈਗਾ ਇਹ ਜਿਹੜਾ ਇਹ ਵੀ ਇੱਕ ਤਰ੍ਹਾਂ ਦਾ ਹਿੰਦੂ ਜਿਹੜਾ ਕਿ ਜਿਹੜਾ ਹੈਗਾ ਤੁਸੀਂ ਦੇਖੋ ਵਿਦੇਸ਼ਾਂ ਦੇ ਵਿੱਚ ਜਾ ਕੇ ਵੀ ਆਪਣਾ ਜਿਹੜਾ ਹੈਗਾ ਅਜਿਹਾ ਮਤਲਬ ਦਿਖਾਵਾ ਕਰਦੇ ਹੋ ਵੀ ਅਸੀਂ ਕੀ ਸਾਡੇ ਹਿੰਦੂ ਰਾਸ਼ਟਰ ਦੀ ਗੱਲ ਕਰ ਰਹੇ ਬਾਹਰ ਦਿਖਾ ਰਹੇ ਨੇ, ਅਸੀਂ ਕਿਹੋ ਜਿਹੇ ਅੰਧ ਵਿਸ਼ਵਾਸਾਂ ਦੇ ਵਿੱਚ ਫਸੇ ਪਏ ਹਾਂ। ਅੰਧ ਵਿਸ਼ਵਾਸ ਤਾਂ ਦੇਖੋ ਤੁਸੀਂ ਦੁਕਾਨਾਂ 'ਤੇ ਦੇਖ ਲਓ ਕਿੰਨਾ ਨਿੰਬੂ ਅਤੇ ਮਿਰਚਾਂ ਟੰਗੀਆਂ ਹੁੰਦੀਆਂ ਨੇ, ਹਾਂਜੀ, ਅਤੇ ਲੱਖਾਂ ਕਰੋੜਾਂ ਰੁਪਏ ਦੇ ਅਸੀਂ ਨਿੰਬੂ ਹੀ ਖਰਾਬ ਕਰ ਦਿੰਦੇ ਹਾਂ, ਮਿਰਚਾਂ ਹੀ ਖਰਾਬ ਕਰ ਦਿੰਦੇ ਹਾਂ, ਅਤੇ ਇਹ ਤਾਂ ਸਾਡਾ ਹਾਲ ਹੈ ਅਤੇ ਇਸ ਨੂੰ ਅਸੀਂ ਹੱਲਾਸ਼ੇਰੀ ਦੇ ਰਹੇ ਹਾਂ। ਭਾਜਪਾ ਵਾਲਿਆਂ ਦੇ ਤਾਂ ਇੱਕ ਮਤਲਬ ਕਾਫੀ ਜ਼ਿਆਦਾ ਇਸ ਗੱਲ ਦੇ ਉੱਤੇ ਹੱਸ-ਹੀਣੇ ਬਿਆਨ ਆਉਂਦੇ ਵੀ ਰਹਿੰਦੇ ਆ। ਅਸਾਮ ਦੇ ਜਿਹੜੇ ਮੁੱਖ ਮੰਤਰੀ ਆ ਉਹ ਵਿਸ਼ੇਸ਼ ਤੌਰ 'ਤੇ ਇਸ ਗੱਲਾਂ ਦੇ ਲਈ ਮਸ਼ਹੂਰ ਨੇ। ਉਹ ਇਹ ਵੀ ਕਿਹਾ ਜਾਂਦਾ ਹੈ ਵੀ ਜਿਹੜੇ ਕੌਰਵਾਂ ਦੇ ਮੌਕੇ ਜਿਹੜੇ 100 ਕੌਰਵਾਂ ਦੇ ਪੁੱਤ ਜੰਮੇ ਆ ਉਹ ਟੈਸਟ ਟਿਊਬ ਬੇਬੀ ਸੀਗੇ। ਇਸੇ ਤਰੀਕੇ ਦੇ ਨਾਲ ਜਿਹੜਾ ਉਸ ਸਮੇਂ ਮਤਲਬ ਉੱਥੇ ਜਦੋਂ ਕੁਰੂਕਸ਼ੇਤਰ ਵਿੱਚ ਜੰਗ ਹੋਈ ਹੈ ਉਹਦੀ ਜਿਹੜੀ ਲਾਈਵ ਟੈਲੀਕਾਸਟ ਬਾਰੇ ਵੀ ਅਨੋਖੇ ਜਿਹੇ ਬਿਆਨ ਦਿੱਤੇ ਜਾਂਦੇ ਆ, ਅਤੇ ਜੋ ਮੂੰਹ 'ਚ ਆਇਆ ਬੋਲ ਦਿੱਤਾ ਜਾਂਦਾ, ਹਾਂਜੀ, ਕਰ ਕਰਾ ਕੇ ਉਹ ਹੱਸ-ਹੀਣੇ ਬਿਆਨ ਜੇ ਹੁੰਦੇ ਆ। ਅਤੇ ਇਸ ਜਿਹੜੀ ਹੈਗੀ ਹੈ ਮਤਲਬ ਇਸ ਭਾਜਪਾ ਦੀ ਜਿਹੜੀ ਮਾਨਸਿਕਤਾ ਬਾਰੇ ਵੀ ਪਤਾ ਲੱਗਦਾ ਕਿ ਵੀ ਉਹ ਕਿਸ ਤਰੀਕੇ ਦੇ ਨਾਲ ਸਾਨੂੰ ਅੰਧ ਵਿਸ਼ਵਾਸਾਂ ਦੇ ਵਿੱਚ ਵੀ ਫਸਾ ਰਹੀ ਹੈ ਜਿਹੜੀ ਹੈਗੀ ਹੈ। ਬਿਲਕੁਲ ਦਰਸ਼ਕ ਜੀ, ਜਿਵੇਂ ਤੁਸੀਂ ਕਿਹਾ ਕਿ ਜਿਹੜੇ ਰਾਫੇਲ ਨੂੰ ਦੇਸ਼ ਦੀ ਰੱਖਿਆ ਦੇ ਲਈ ਬੁਲਾਇਆ ਗਿਆ ਉਹਦੀ ਖੁਦ ਰੱਖਿਆ ਜਿਹੜੀ ਜਾ ਰਹੀ ਹੈ ਜੀ। ਦਰਸ਼ਕ ਜੀ, ਜੇ ਅਸੀਂ ਅੱਗੇ ਵਧੀਏ ਤਾਂ ਡੇਰਾ ਸਿਰਸਾ ਜਿੱਥੇ ਕਿਤੇ ਵੋਟਾਂ ਮੰਗਣ ਦੇ ਲਈ ਸਾਡੇ ਲਗਭਗ ਸਾਰੇ ਸਿਆਸੀ ਆਗੂਆਂ ਦੀ ਆਲੋਚਨਾ ਵੀ ਹੁੰਦੀ ਰਹੀ ਹੈ, ਵੱਖ ਵੱਖ ਪਾਰਟੀਆਂ ਸ਼ਿਕਾਰ ਹੁੰਦੀਆਂ ਰਹੀਆਂ ਆਲੋਚਨਾ ਦਾ, ਹੁਣ ਡੇਰਾ ਸਿਰਸਾ ਦਾ ਸਿਆਸਤ 'ਤੇ ਕੋਈ ਜ਼ਿਆਦਾ ਪ੍ਰਭਾਵ ਨਹੀਂ ਰਿਹਾ ਹੁਣ ਹਰਿਆਣਾ ਚੋਣਾਂ ਵਿੱਚ ਵੀ? ਮਨਦੀਪ ਜੀ, ਇਸ ਬਾਰੇ ਜਿਹੜੀ ਰਿਪੋਰਟ ਆਈ ਹੈ ਇਸ ਸੰਬੰਧ ਵਿੱਚ ਹਰਿਆਣਾ ਦੀ ਜਿਹੜੀ ਹੈ ਚੋਣਾਂ ਹੋ ਰਹੀਆਂ ਨੇ, ਆਪਾਂ ਦੇਖਿਆ ਕਿ ਜਦੋਂ ਪੰਜਾਬ ਦੇ ਵਿੱਚ ਚੋਣਾਂ ਹੁੰਦੀਆਂ ਸੀ, ਹਰਿਆਣੇ ਦੇ ਵਿੱਚ ਸਰਕਾਰ ਚੋਣਾਂ ਹੁੰਦੀਆਂ ਸੀਗੀਆਂ, ਤਾਂ ਸਾਡੇ ਲੀਡਰ ਜਿਹੜੇ ਹੈਗੇ ਆ ਉੱਥੇ ਡੇਰਾ ਸਿਰਸੇ ਦੇ ਵਿੱਚ ਜਾ ਕੇ ਜਿਹੜਾ ਹੈਗਾ ਆ ਨਤਮਸਤਕ ਹੁੰਦੇ ਸੀਗੇ, ਅਤੇ ਸਿੱਖ ਲੀਡਰ ਵੀ ਹੁੰਦੇ ਸੀਗੇ, ਮਤਲਬ ਅਕਾਲੀ ਦਲ ਦੇ ਲੀਡਰ ਵੀ ਹੁੰਦੇ ਸੀਗੇ, ਕਾਂਗਰਸ ਦੇ ਵੀ ਹੁੰਦੇ ਸੀਗੇ, ਅਤੇ ਕਈ ਜਦੋਂ ਉੱਧਰੋਂ ਇੱਕ ਮਤਲਬ ਕਿਹਾ ਜਾਂਦਾ ਸੀਗਾ ਤਾਂ ਸਾਰੇ ਜਿਹੜੇ ਸਿਰਸਾ ਪ੍ਰੇਮੀ ਸੀਗੇ ਉਹ ਉਸ ਪਾਰਟੀ ਨੂੰ ਪਾਰਟੀ ਵਿਸ਼ੇਸ਼ ਨੂੰ ਵੋਟਾਂ ਪਾ ਦਿੰਦੇ ਸੀਗੇ। ਉਹ ਉਹਨਾਂ ਨੇ ਕਾਂਗਰਸ ਨੂੰ ਵੀ ਪਾਈਆਂ ਨੇ, ਇੱਕ ਵਾਰੀ ਕਾਂਗਰਸ ਦੀ ਸਰਕਾਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈਗੀ, ਅਤੇ ਅਕਾਲੀ ਦਲ ਦੀ ਚੋਣ ਨੂੰ ਵੀ ਮਤਲਬ ਉਹਦੇ ਵਿੱਚ ਵੋਟਾਂ ਪਾਈਆਂ ਨੇ।
ਹੁਣ ਜਿਹੜੀ ਪਿਛਲੀ ਜਿਹੜੀ ਇਹ ਸਰਕਾਰ ਹੈ ਹਰਿਆਣੇ ਦੀ ਭਾਜਪਾ ਸਰਕਾਰ ਹੈ ਉਹਦੇ ਵਿੱਚ ਵੀ ਜਿਹੜੀ ਹੈਗੀ ਹੈ ਡੇਰਾ ਸਿਰਸੇ ਦੀ ਵੋਟਰਾਂ ਦੀ ਬੜੀ ਅਹਿਮ ਭੂਮਿਕਾ ਰਹੀ ਹੈ ਅਤੇ ਜਦੋਂ ਤੋਂ ਜਿਹੜਾ ਹੈ ਡੇਰਾ ਮੁਖੀ ਰਾਮ ਰਹੀਮ ਹੈ ਉਹ ਫਸਿਆ ਜੇਲ੍ਹ ਦੇ ਵਿੱਚ 25 ਅਗਸਤ 2017 ਨੂੰ ਜਦੋਂ ਉੱਥੇ ਪੰਚਕੂਲਾ ਦੇ ਵਿੱਚ ਉਹਨੂੰ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਹੋਣ ਤੋਂ ਬਾਅਦ ਉੱਥੇ ਜਿਹੜੀ ਹਿੰਸਾ ਹੋਈ ਹੈ 42 ਬੰਦੇ ਮਾਰੇ ਗਏ ਸੀਗੇ 200 ਦੇ ਕਰੀਬ ਜਿਹੜੇ ਉੱਥੇ ਫਿਰ ਫੜੇ ਵੀ ਗਏ ਸੀਗੇ ਅਤੇ ਉਹ ਜਿਹੜੇ ਹੈਗੇ ਮਤਲਬ ਉਸ ਤੋਂ ਬਾਅਦ ਜਿਹੜਾ ਹੈਗਾ ਡੇਰੇ ਦੀ ਜਿਹੜੀ ਹੈਗੀ ਇੱਕ ਤਰ੍ਹਾਂ ਕਹਿ ਸਕਦੇ ਹਾਂ ਢਹਿ ਦੀ ਕਲਾ ਸ਼ੁਰੂ ਹੋ ਗਈ ਸੀਗੀ ਅਤੇ ਹੁਣ ਜਿਹੜਾ ਡੇਰਾ ਮੁਖੀ ਆ ਜੇਲ੍ਹ ਦੇ ਵਿੱਚ ਹੈ ਅਤੇ ਜਿਹੜੇ ਉਸ ਦੇ ਪ੍ਰਮੁੱਖ ਜਿਹੜੇ ਲੀਡਰ ਸੀਗੇ ਇਹਦੇ ਧਾਰਮਿਕ ਲੀਡਰ ਸੀਗੇ ਉਹ ਵੀ ਕੁਛ ਤਾਂ ਫਰਾਰ ਹੀ ਨੇ ਅਤੇ ਜਿਹੜੇ ਹੈਗੇ ਨੇ ਉਹਨਾਂ ਦਾ ਕੋਈ ਹੁਣ ਅਸਰ ਨਹੀਂ ਹੈਗਾ ਕੁਛ ਜੇਲ੍ਹਾਂ ਦੇ ਵਿੱਚ ਵੀ ਨੇ ਹਾਂਜੀ ਅਤੇ ਉਹਦੇ ਵਿੱਚ ਹਾਂਜੀ ਹਾਂ ਅਤੇ ਉਹਦੇ ਵਿੱਚ ਕਾਫੀ ਹੱਦ ਤੱਕ ਜਿਹੜੇ ਹੈਗੇ ਆ ਡੇਰਾ ਪ੍ਰੇਮੀ ਡੇਰੇ ਨਾਲ ਪਾਸੇ ਵੀ ਹਟ ਗਏ ਹੈ ਅਤੇ ਕੁਛ ਹਾਲੇ ਵੀ ਬੜੇ ਇਸ ਤਰੀਕੇ ਨਾਲ ਅੰਧ ਵਿਸ਼ਵਾਸ ਜਿਹੜੇ ਹੈਗੇ ਉਹ ਹਾਲੇ ਮੰਨਣ ਵਾਸਤੇ ਤਿਆਰ ਨਹੀਂ ਕਿ ਸਾਡਾ ਜਿਹੜਾ ਗੁਰੂ ਹੈ ਉਹਨੇ ਕੋਈ ਮਾੜੀ ਗੱਲ ਕੀਤੀ ਹੈ ਉਹ ਤਾਂ ਕਹਿੰਦੇ ਆ ਵੀ ਅਸੀਂ ਜਿਹੜੇ ਹੈਗੇ ਆ ਜੇਕਰ ਉਹ ਜੇਲ੍ਹ 'ਚ ਨਾ ਜਾਂਦੇ ਤਾਂ ਇਹ ਭਾਰਤ ਅਤੇ ਚਾਈਨਾ ਦੀ ਲੜਾਈ ਲੱਗ ਜਾਣੀ ਸੀਗੀ ਉਹਨਾਂ ਨੇ ਉਹ ਸਾਰੇ ਪਾਪ ਨੇ ਆਪਣੇ ਸਿਰ ਲੈਂਦੇ ਹੋਏ ਸਾਰਾ ਕੁਛ ਕੀਤਾ ਅਤੇ ਚਲੋ ਖੈਰ ਇਹ ਆ ਵੀ ਆਪਾਂ ਕਰ ਕਰਾ ਕੇ ਇਹ ਕਹਿ ਸਕਦੇ ਹਾਂ ਕਿ ਜਿਹੜਾ ਹੈਗਾ ਡੇਰੇ ਦਾ ਹੁਣ ਜਿਹੜਾ ਪ੍ਰਭਾਵ ਉਹ ਪਹਿਲਾਂ ਵਾਲਾ ਨਹੀਂ ਰਿਹਾ ਹੈਗਾ ਅਤੇ ਜਿਹੜੇ ਹੈਗਾ ਜਿਸ ਤਰੀਕੇ ਦੇ ਨਾਲ ਡੇਰਾ ਇਸ਼ਾਰਾ ਕਰਦਾ ਹੁੰਦਾ ਸੀ ਅਤੇ ਆਪਣੇ ਪ੍ਰੇਮੀਆਂ ਨੂੰ ਕਹਿੰਦਾ ਹੁੰਦਾ ਸੀ ਕਿ ਵੀ ਅੱਜ ਇਸ ਜਿਹੜੀ ਹੈ ਪਾਰਟੀ ਨੂੰ ਵੋਟ ਪਾਉਣੀ ਹੈ ਉਹ ਵਾਲੀ ਗੱਲਬਾਤ ਨਹੀਂ ਰਹੀ ਹੈਗੀ ਅਤੇ ਇਸ ਗੱਲ ਕਰੇ ਇਹ ਇੱਕ ਚੰਗੀ ਗੱਲ ਵੀ ਹੈਗੀ ਹੈ ਅਤੇ ਹਾਂ ਠੀਕ ਹੈ ਅਤੇ ਇਹਦੇ ਵਿੱਚ ਸਾਡੇ ਜਿਹੜੇ ਲੀਡਰ ਨੇ ਖਾਸ ਤੌਰ 'ਤੇ ਪੰਜਾਬ ਦੇ ਜਿਹੜੇ ਹੈਗੇ ਉਹਨਾਂ ਨੂੰ ਵੀ ਇਹ ਸਬਕ ਸਿੱਖਣਾ ਚਾਹੀਦਾ ਕਿ ਜਿਹੜੇ ਡੇਰੇ ਨੇ ਕਿਸ ਤਰੀਕੇ ਨਾਲ ਚੱਲਦੇ ਨੇ ਇਹਨਾਂ ਦੇ ਵਿੱਚ ਕੀ ਕੰਮ ਹੁੰਦਾ ਹੈ ਅਤੇ ਇਹਦੇ ਵਿੱਚ ਦੇਖੋ ਆਪਾਂ ਕਿੰਨੇ ਹੀ ਸਵਾਮੀ ਦੇਖੇ ਨੇ ਇਸ ਸਮੇਂ ਜੇਲ੍ਹ ਦੇ ਵਿੱਚ ਨੇ ਉਹ ਕੀ ਕੁਛ ਕਰਦੇ ਰਹੇ ਨੇ ਹੁਣ ਖਤਰਨਾਕ ਆਹ ਦੇਖੋ ਹਾਲ ਹੀ ਦੇ ਵਿੱਚ ਜਿਹੜਾ ਹੈਗਾ ਇੱਕ ਉੱਤਰ ਪ੍ਰਦੇਸ਼ ਦਾ ਜਿਹੜਾ ਹੈ ਸਵਾਮੀ ਹੈ ਉਹ ਵੀ ਹੁਣ ਇੱਕ ਲੜਕੀ ਦੇ ਨਾਲ ਯੌਨ ਸ਼ੋਸ਼ਣ ਦੇ ਮਾਮਲੇ 'ਚ ਜੇਲ੍ਹ ਵਿੱਚ ਹੁਣ ਭੇਜਿਆ ਗਿਆ ਅਤੇ ਇਸ ਗੱਲ ਕਰਕੇ ਲੋਕਾਂ ਨੂੰ ਵੀ ਆਪਣੇ ਆਪ ਸਬਕ ਸਿੱਖਣੇ ਚਾਹੀਦੇ ਆ ਕਿ ਇਹ ਡੇਰੇ ਡੂਰੇ ਜਿਹੜੇ ਹੈਗੇ ਆ ਇਹ ਲੋਕਾਂ ਨੂੰ ਗੁੰਮਰਾਹ ਕਰਦੇ ਆ ਅਤੇ ਜਿਹੜੇ ਹੈਗੇ ਅਤੇ ਉਹਨਾਂ ਦੇ ਜਿਹੜਾ ਵਿਸ਼ਵਾਸ ਹੈ ਉਹਦਾ ਉਹ ਸ਼ੋਸ਼ਣ ਕਰਦੇ ਆ ਬਿਲਕੁਲ ਜੀ ਬਿਲਕੁਲ ਰਸ਼ਕ ਜੀ ਜੋ ਡਰੋਨ ਦੀ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ ਪਾਕਿਸਤਾਨ ਤੋਂ ਹੁਣ ਡਰੋਨ ਦਿਖ ਜਾਂਦੇ ਨੇ ਜੀ ਥੋੜ੍ਹੇ ਦਿਨਾਂ ਬਾਅਦ ਹੀ ਫਿਰੋਜ਼ਪੁਰ ਦੇ 2 ਪਿੰਡਾਂ ਵਿੱਚ ਡਰੋਨ ਫਿਰ ਦਿਸਿਆ ਜਿਸ ਦੇ ਕਰਕੇ ਜੋ ਖੁਫੀਆ ਏਜੰਸੀਆਂ ਨੇ ਸੁਰੱਖਿਆ ਏਜੰਸੀਆਂ ਨੇ ਜੋ CRPF ਦੀ ਮਦਦ ਲਈ ਹਾਂਜੀ ਜਿਹੜੇ ਇਹ ਕੱਲ੍ਹ ਵੀ ਆਪਾਂ ਇਹ ਖਬਰ ਦਾ ਜ਼ਿਕਰ ਕੀਤਾ ਸੀਗਾ ਜੀ ਅਤੇ ਅੱਜ ਫਿਰ ਜਿਹੜੀ ਇਹ ਖਬਰ ਬੜੀ ਮਤਲਬ ਮੀਡੀਆ ਦੇ ਵਿੱਚ ਆਈ ਹੋਈ ਹੈ ਜਿਹੜੇ ਫਿਰੋਜ਼ਪੁਰ ਦੇ 2 ਪਿੰਡ ਨੇ ਟੈਂਡੀ ਅਤੇ ਹਜ਼ਾਰਾ ਜੀ ਅਤੇ ਉੱਥੇ ਜਿਹੜੇ ਉਹ ਬਿਲਕੁਲ ਸਰਹੱਦ ਦੇ ਨੇੜੇ ਹੈ ਅਤੇ ਉੱਥੇ ਜਿਹੜੇ ਹੈ 2 ਵਾਰੀ ਡਰੋਨ ਦੇਖਿਆ ਗਿਆ ਇਸ ਸੰਬੰਧ ਵਿੱਚ ਜਿਹੜੀ ਖੁਫੀਆ ਏਜੰਸੀ ਹੈ ਖਾਸ ਤੌਰ 'ਤੇ ਫੌਜ ਦੀ ਮਦਦ ਲਈ ਗਈ ਹੈ ਇਹਨਾਂ ਪਿੰਡਾਂ ਦੇ ਵਿੱਚ ਤਲਾਸ਼ੀ ਲਈ ਜਾ ਰਹੀ ਹੈ ਚੱਪਾ ਚੱਪਾ ਦੇਖਿਆ ਜਾ ਰਿਹਾ ਵੀ ਕਿੱਥੋਂ ਕੀ ਕਰਨਾ ਆਏ ਸੀ ਇਹ ਡਰੋਨ ਜਿਹੜੇ ਹੈਗੇ ਪਾਕਿਸਤਾਨ ਦੇ ਅਤੇ ਜਿਹੜੇ ਹੈਗੇ ਉਸ ਜਿਹੜੇ ਡਰੋਨ ਆਏ ਆ ਉਹਨਾਂ 'ਤੇ ਗੋਲੀਆਂ ਵੀ ਚਲਾਈਆਂ ਗਈਆਂ ਪਰ ਉਹ ਉਹਨਾਂ ਦੇ ਵੱਜੀਆਂ ਨਹੀਂ ਹੈਗੀਆਂ ਅਤੇ ਇਹ ਦੇਖਿਆ ਜਾ ਰਿਹਾ ਵੀ ਕਿਤੇ ਇਹ ਜਿਵੇਂ ਤਰਨ ਤਾਰਨ ਦੇ ਵਿੱਚ ਡਰੋਨਾਂ ਨੇ ਹਥਿਆਰ ਸੁੱਟੇ ਨੇ ਹਥਿਆਰ ਤਾਂ ਨਹੀਂ ਲੈ ਕੇ ਆਏ ਹੈਗੇ ਜਾਂ ਹੋਰ ਨਸ਼ੇ ਦੀਆਂ ਚੀਜ਼ਾਂ ਤਾਂ ਨਹੀਂ ਲੈ ਕੇ ਆਏ ਹੈਗੇ ਅਤੇ ਇਸ ਗੱਲ ਕਰਕੇ ਇਹ ਜਿਹੜੀ ਇਹ ਇੱਕ ਨਵੀਂ ਜਿਹੜੀ ਆ ਸਾਡੀ ਸੁਰੱਖਿਆ ਏਜੰਸੀ ਦੇ ਲਈ ਚੁਣੌਤੀ ਬਣ ਗਈ ਹੈ ਇਹ ਜਿਹੜੇ ਡਰੋਨ ਨੇ ਪਾਕਿਸਤਾਨ ਵੱਲੋਂ ਭੇਜੇ ਜਾ ਰਹੇ ਨੇ ਇਹਨਾਂ ਦੀ ਡਰੋਨਾਂ ਦੀ ਰੋਕਥਾਮ ਦੇ ਲਈ ਜਿਹੜੇ ਕੋਈ ਨਾ ਕੋਈ ਬੰਦੋਬਸਤ ਕਰਨਾ ਪਊਗਾ ਜੇ ਨਹੀਂ ਕਰਿਆਗਾ ਤਾਂ ਸਾਡੇ ਲਈ ਇਹ ਹੋਰ ਵੀ ਜ਼ਿਆਦਾ ਨੁਕਸਾਨਦੇਹ ਸਿੱਧ ਹੋ ਸਕਦੇ ਜਿਵੇਂ ਅੱਜ ਕੱਲ੍ਹ ਟੈਕਨੋਲੋਜੀ ਦਾ ਜ਼ਮਾਨਾ ਹੈ ਜਿਹੜਾ ਯੰਤਰ ਉੱਥੇ ਫਿੱਟ ਕੀਤਾ ਜਾਣਾ ਚਾਹੀਦਾ ਦੇਖੋ ਅੱਡੇ ਹਥਿਆਰ ਲੈ ਕੇ ਆ ਗਏ ਦੇਖੋ ਅਤੇ ਉਹ ਹਥਿਆਰ ਦੇਖੋ ਕਿਸੇ ਵੀ ਜੇ ਉਹ ਹਾਲੇ ਚੱਲੇ ਨਹੀਂ ਹੈਗੇ ਜੇ ਚੱਲ ਜਾਂਦੇ ਤਾਂ ਹਥਿਆਰ ਕਿੰਨੇ ਘਾਤਕ ਸਿੱਧ ਹੋਣੇ ਸੀਗੇ ਅਤੇ ਉਹ ਹਾਲੇ ਪਤਾ ਹੀ ਨਹੀਂ ਹੈਗਾ ਉਹਨਾਂ ਦਾ ਇਰਾਦਾ ਕੀ ਹੈਗਾ ਨਹੀਂ ਹੈ ਅਤੇ ਪਾਕਿਸਤਾਨ ਨੇ ਤਾਂ ਹਾਂਜੀ ਜਿਹੜਾ ਹੈਗਾ ਵੀ ਪਾਕਿਸਤਾਨ ਨੇ ਤਾਂ ਅਜਿਹਾ ਕਰਨਾ ਹੀ ਕਰਨਾ ਪਰ ਸਾਨੂੰ ਆਪਣੇ ਆਪ ਦੇ ਚੌਕਸ ਹੋਣਾ ਪਊਗਾ ਜੀ ਦਰਸ਼ਕ ਜੀ ਜੇ ਅੱਗੇ ਵਧੀਏ ਤਾਂ ਨਵਜੋਤ ਸਿੱਧੂ ਜਿਹੜੇ ਕਿ ਸਟਾਰ ਪ੍ਰਚਾਰਕ ਰਹੇ ਹੁਣ ਉਹਨਾਂ ਦਾ ਜਿਹੜਾ ਚੋਣ ਪ੍ਰਚਾਰ ਤੋਂ ਮੋਹ ਭੰਗ ਹੋ ਗਿਆ ਜਾਪਦਾ ਜੀ ਹੁਣ ਨਹੀਂ ਚਮਕਣਗੇ ਸਟਾਰ ਪ੍ਰਚਾਰ ਹਾਂਜੀ ਮਨਦੀਪ ਜੀ ਗੱਲ ਇਹ ਆਪਾਂ ਪਹਿਲਾਂ ਵੀ ਕੀਤੀ ਸੀਗੀ ਪਹਿਲਾਂ ਇਹ ਖਬਰਾਂ ਆ ਰਹੀਆਂ ਸੀਗੀਆਂ ਕਿ ਸ਼ਾਇਦ ਜਿਹੜਾ ਹੈ ਨਵਜੋਤ ਸਿੰਘ ਸਿੱਧੂ ਨੂੰ ਹਰਿਆਣਾ ਦੇ ਵਿੱਚ ਸਟਾਰ ਪ੍ਰਚਾਰਕ ਦੇ ਤੌਰ 'ਤੇ ਲਿਆਂਦਾ ਜਾਊਗਾ ਜਿਹੜੀ
ਕਾਂਗਰਸ ਦੀ ਹਾਈ ਕਮਾਨ ਹੈ, ਉਹਨਾਂ ਨੇ ਜਿਹੜਾ ਹੈਗਾ ਨਵਜੋਤ ਸਿੰਘ ਸਿੱਧੂ ਨੂੰ ਨਾ ਤਾਂ ਹਰਿਆਣਾ ਦੇ ਵਿੱਚ ਚੋਣ ਪ੍ਰਚਾਰਕ ਬਣਾਇਆ, ਨਾ ਹੀ ਮਹਾਰਾਸ਼ਟਰ ਦੇ ਵਿੱਚ ਬਣਾਇਆ। ਜਿਹੜੀ ਹੁਣ ਕੱਲ੍ਹ ਜਿਹੜੀ ਪੰਜਾਬ ਜਿਹੜੀ ਕਾਂਗਰਸ ਹੈ ਉਹਦੇ ਵੱਲੋਂ ਜਿਹੜੀ ਸੂਚੀ ਭੇਜੀ ਗਈ ਹੈ ਉਹਦੇ ਵਿੱਚ 40 ਦੇ ਕਰੀਬ ਜਿਹੜੇ ਚੋਣ ਪ੍ਰਚਾਰਕਾਂ ਦਾ ਨਾਮ ਲਿਆ ਗਿਆ, ਜਿਹਦੇ ਵਿੱਚ ਕੈਬਨਿਟ ਮੰਤਰੀ ਵੀ ਹੈਗੇ ਆ ਅਤੇ ਹੋਰ ਜਿਹੜੇ ਪ੍ਰਮੁੱਖ ਲੀਡਰ ਨੇ। ਉਹਦੇ ਵਿੱਚ ਜਿਹੜਾ ਨਵਜੋਤ ਸਿੰਘ ਸਿੱਧੂ ਦਾ 29ਵਾਂ ਸਥਾਨ ਆਇਆ, 29ਵੇਂ ਥਾਂ 'ਤੇ ਨਾਮ। ਹਾਂਜੀ, ਜਦਕਿ ਉਹ ਨਵਜੋਤ ਸਿੰਘ ਸਿੱਧੂ ਇੱਕ ਸਮੇਂ ਦੇ ਪ੍ਰਮੁੱਖ ਸਟਾਰ ਪ੍ਰਚਾਰਕਾਂ ਦੇ ਵਿੱਚ ਹੁੰਦੇ ਸੀਗੇ। ਨਵਜੋਤ ਸਿੰਘ ਸਿੱਧੂ ਤੁਹਾਨੂੰ ਪਤਾ ਹੀ ਹੈ ਇਸ ਸਮੇਂ ਕਾਫੀ ਜ਼ਿਆਦਾ ਕਾਂਗਰਸ ਤੋਂ ਨਿਰਾਸ਼ ਨਜ਼ਰ ਆ ਰਹੇ ਨੇ ਅਤੇ ਇਸ ਗੱਲ ਕਰਕੇ ਉਹ ਪ੍ਰਚਾਰ ਦੇ ਲਈ ਉਹਦਾ ਪ੍ਰਚਾਰ ਦੇ ਲਈ ਪੰਜਾਬ ਦੇ ਵਿੱਚ ਸ਼ਾਇਦ ਹੀ ਮਤਲਬ ਆਉਣ। ਉਹਦਾ ਕਾਰਨ ਇਹ ਹੈ ਵੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਇਸ ਸਮੇਂ ਉਹਨਾਂ ਦਾ ਬਹੁਤ ਵੱਡਾ ਟਕਰਾਓ ਚੱਲ ਰਿਹਾ, ਇਸੇ ਟਕਰਾਓ ਦੇ ਕਾਰਨ ਉਹਨਾਂ ਨੇ ਮੰਤਰੀ ਮੰਡਲ ਤੋਂ ਅਸਤੀਫਾ ਦਿੱਤਾ ਸੀਗਾ ਅਤੇ ਕਿਆਸ ਰਹੀਆਂ ਕੁਛ ਹੋਰ ਵੀ ਨੇ ਕਿ ਇਸ ਸਮੇਂ ਨਵਜੋਤ ਸਿੰਘ ਸਿੱਧੂ ਇਸ ਗੱਲ ਕਰਕੇ ਵੀ ਚੁੱਪ ਨਿਕ ਕੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਿਸੇ ਹੋਰ ਪਾਰਟੀ ਦੇ ਵਿੱਚ ਵੀ ਜਾ ਸਕਦੇ ਹੈ। ਜੀ ਦਰਸ਼ਕ ਜੀ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ 'ਤੇ 550 ਹਸਤੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਹਾਂਜੀ ਹਾਂ ਮਨਦੀਪ ਜੀ, ਇਹ ਬਹੁਤ ਹੀ ਮਤਲਬ ਵਧੀਆ ਖਬਰ ਹੈ ਜਿਹਦੇ ਵਿੱਚ ਅਲੱਗ ਅਲੱਗ ਖੇਤਰਾਂ ਦੇ ਵਿੱਚ ਜਿਨ੍ਹਾਂ ਨੇ ਬਹੁਤ ਅਹਿਮ ਭੂਮਿਕਾ ਨਿਭਾਈ ਹੈ ਜਿਹੜੀ ਸਿੱਖ ਹਸਤੀਆਂ ਨੇ ਉਹਨਾਂ ਨੂੰ ਜਿਹੜਾ ਹੈਗਾ ਸਨਮਾਨਿਤ ਕੀਤਾ ਜਾਊਗਾ। ਉਹਨਾਂ ਵਿੱਚ ਪ੍ਰਮੁੱਖ ਨਾਮ ਹੈ ਡਾਕਟਰ ਮਨਮੋਹਨ ਸਿੰਘ ਦਾ, ਜਿਹੜੇ ਆਪਣੇ 2 ਵਾਰੀ ਪ੍ਰਧਾਨ ਮੰਤਰੀ ਵੀ ਰਹਿ ਚੁੱਕੇ ਨੇ ਅਤੇ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਜਾਊਗਾ। ਇਸ ਤੋਂ ਇਲਾਵਾ ਜਿਹੜੇ ਕੁਛ ਨਾਂ ਇਸ ਤਰ੍ਹਾਂ ਜਿਵੇਂ ਅਭਿਨਵ ਬਿੰਦਰਾ, ਅਭਿਨਵ ਬਿੰਦਰਾ ਨੇ ਜਿਹੜਾ ਭਾਰਤ ਲਈ ਓਲੰਪਿਕ ਖੇਡਾਂ ਦੇ ਵਿੱਚ ਗੋਲਡ ਮੈਡਲ ਜਿੱਤਿਆ ਸੀਗਾ। ਇਸੇ ਤਰੀਕੇ ਨਾਲ ਜਿਹੜੇ ਹੈਗੇ ਆ ਜਨਰਲ ਬਿਕਰਮ ਸਿੰਘ ਜਿਹੜੇ ਫੌਜ ਮੁਖੀ ਰਹਿ ਚੁੱਕੇ ਨੇ, ਇਸੇ ਤਰ੍ਹਾਂ ਜਨਰਲ ਜੇ ਜੇ ਸਿੰਘ ਉਹ ਵੀ ਫੌਜ ਮੁਖੀ ਰਹਿ ਚੁੱਕੇ ਨੇ। ਇਸੇ ਤਰੀਕੇ ਨਾਲ ਕੁਛ ਜਿਵੇਂ ਬਿਸ਼ਨ ਸਿੰਘ ਬੇਦੀ ਹੈ, ਕ੍ਰਿਕਟਰ ਰਹੇ ਨੇ ਆਪਣੇ ਜ਼ਮਾਨੇ ਦੇ ਬਹੁਤ ਤਕੜੇ, ਅਤੇ ਪੂਨਮ ਢਿੱਲੋਂ ਹੈ, ਇਸੇ ਤਰੀਕੇ ਨਾਲ ਸੁਰਜੀਤ ਪਾਤਰ ਨੇ, ਇਹਨਾਂ ਨੂੰ ਵੀ ਸਨਮਾਨਿਤ ਕੀਤਾ ਜਾਊਗਾ। ਜੀ ਦਰਸ਼ਕ ਜੀ, ਪੰਜਾਬ ਵਿੱਚ ਝੋਨੇ ਦੀ ਖਰੀਦ ਲਈ 26,000 ਕਰੋੜ ਦੀ CCL ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ ਜੀ। ਮਨਦੀਪ ਜੀ, ਜਿਹੜਾ ਇਹ ਝੋਨੇ ਦਾ ਸੀਜ਼ਨ ਹੈ ਇਹਦੇ ਵਿੱਚ ਕੀ ਹੈ ਵੀ ਆਪਾਂ ਪਿਛਲੇ ਦਿਨਾਂ ਵਿੱਚ ਦੇਖ ਲਿਆ ਕਿ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਪਹਿਲਾਂ ਆੜ੍ਹਤੀਆਂ ਨੇ ਜਿਹੜੀ ਹੈਗੀ ਆ ਹੜਤਾਲ ਕੀਤੀ ਹੋਈ ਸੀਗੀ, ਤਾਂ ਵੀ ਜਿਹੜਾ ਕਿਸਾਨਾਂ ਦਾ ਝੋਨਾ ਨਹੀਂ ਵਿਕ ਰਿਹਾ ਸੀਗਾ। ਇਸ ਤੋਂ ਇਲਾਵਾ ਮੌਸਮ ਨੇ ਵੀ ਜਿਹੜਾ ਹੈਗਾ ਮੀਂਹ ਦੇ ਕਾਰਨ ਜਿਹੜਾ ਹੈਗਾ ਝੋਨਾ ਜਿਹੜਾ ਮੰਡੀਆਂ ਦੇ ਵਿੱਚ ਆਇਆ ਸੀਗਾ ਉਹ ਭਿੱਜ ਗਿਆ ਸੀਗਾ ਅਤੇ ਉਹਦੇ ਵਿੱਚ ਜਿਹੜੀ ਹੈ ਲਿਫਟਿੰਗ ਨਹੀਂ ਹੋ ਰਹੀ ਸੀਗੀ ਹੁਣ, ਅਤੇ ਇਸ ਸੰਬੰਧ ਵਿੱਚ ਜਿਹੜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੀਗੇ ਉਹਨਾਂ ਨੇ ਜਿਹੜਾ ਹੈਗਾ ਕੇਂਦਰ ਸਰਕਾਰ ਨੂੰ ਕਿਹਾ ਸੀਗਾ ਜਿਹੜੀ ਹੈਗੀ ਹੈ ਇਹਨੂੰ ਜਿਹੜੀ CCL ਹੈ ਇਹਨੂੰ ਹਰੀ ਝੰਡੀ ਦਿੱਤੀ ਜਾਣੀ ਚਾਹੀਦੀ ਹੈ। ਅਤੇ ਹੁਣ ਜਿਹੜਾ ਹੈ ਕੇਂਦਰ ਸਰਕਾਰ ਨੇ ਇਹ ਮਨਜ਼ੂਰੀ ਦੇ ਦਿੱਤੀ ਹੈ, ਇਸ ਦੇ ਨਾਲ ਜਿਹੜਾ ਹੈਗਾ ਕਿ ਸਰਕਾਰ ਨੂੰ ਜਿਹੜੀ ਪੰਜਾਬ ਸਰਕਾਰ ਨੂੰ ਉਹਨੂੰ ਹੈਗਾ 26,707.50 ਕਰੋੜ ਰੁਪਈਆ ਜਿਹੜਾ ਹੈਗਾ ਮਿਲ ਜੂਗਾ ਅਤੇ ਉਹਦੇ ਨਾਲ ਇਹ ਜਿਹੜੀ ਝੋਨੇ ਦੀ ਅਦਾਇਗੀ ਕਿਸਾਨਾਂ ਨੂੰ ਜਲਦੀ ਤੋਂ ਜਲਦੀ ਹੋ ਜੂਗੀ ਅਤੇ ਇਹਦੇ ਨਾਲ ਕੀ ਹੈ ਕਿਸਾਨ ਵੀ ਸੁਖੀ ਹੋ ਜਾਣਗੇ ਕਿਉਂਕਿ ਉਹਨਾਂ ਦੀ ਜਿਹੜੀ ਹੈਗੀ ਪੂਰੀ ਮਿਹਨਤ ਦੀ ਕੀਤੀ ਹੋਈ ਜਿਹੜੀ ਫਸਲ ਹੈ ਹੁਣ ਉਹਨਾਂ ਵਿਕ ਜੂਗੀ ਅਤੇ ਉਹਨਾਂ ਨੂੰ ਤੁਰੰਤ ਜਿਹੜੀ ਹੈ ਅਦਾਇਗੀ ਮਿਲਣ ਦੇ ਨਾਲ ਜਿਹੜਾ ਹੈਗਾ ਉਹ ਆਪਣਾ ਜਿਹੜਾ ਕਾਰੋਬਾਰ ਅਗਲਾ ਵੀ ਕਰ ਲੈਣਗੇ ਸੀਗੇ। ਜੀ ਦਰਸ਼ਕ ਜੀ, ਦਿੱਲੀ ਕਮੇਟੀ ਨਨਕਾਣਾ ਸਾਹਿਬ ਲਈ ਜਿਹੜਾ ਨਗਰ ਕੀਰਤਨ ਆ ਉਹ ਮੁਲਤਵੀ ਕਰੇ, ਇਹ ਕਹਿਣਾ ਹੈ ਜੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦਾ। ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਜਿਹੜਾ ਇਹ ਆਦੇਸ਼ ਦਿੱਤਾ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਇਹ ਬੜਾ ਸੂਝਵਾਨ ਵਾਲਾ, ਬਹੁਤ ਹੀ ਵਧੀਆ ਡਿਸੀਜ਼ਨ ਹੈ। ਇਹ ਅਸਲ ਦੇ ਵਿੱਚ ਗੱਲ ਇਹ ਸੀਗੀ ਕਿ ਉੱਥੇ ਜਿਹੜਾ ਹੈਗਾ ਦਿੱਲੀ ਤੋਂ 2 ਨਗਰ ਕੀਰਤਨ ਆਯੋਜਿਤ ਕੀਤੇ ਜਾਣੇ ਸੀਗੇ, ਇੱਕ ਸਰਨਾ ਭਰਾਵਾਂ ਨੂੰ ਵੱਲੋਂ, ਇੱਕ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਜਿਹੜਾ ਹੈਗਾ ਪਾਕਿਸਤਾਨ ਸਰਕਾਰ ਨੇ ਜਿਹੜਾ ਹੈਗਾ ਸਰਨਾ ਭਰਾਵਾਂ ਦਾ ਜਿਹੜਾ ਹੈਗਾ ਨਗਰ ਕੀਰਤਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਜਿਹੜੇ 2 ਨਗਰ ਕੀਰਤਨਾਂ ਨੂੰ ਜਿਹੜੀ ਸੀਗੀ ਗੱਲ ਚੱਲ ਰਹੀ ਸੀ ਇਹਦੇ ਨਾਲ ਜਿਹੜੀ ਸਿੱਖ ਸੰਗਤ ਕਾਫੀ ਜ਼ਿਆਦਾ ਦੁਬਧਾ ਦੇ ਵਿੱਚ ਸੀਗੀ ਅਤੇ ਇਸ ਗੱਲ ਕਰਕੇ ਉਹਨਾਂ ਨੇ ਮਨਜਿੰਦਰ ਸਿੰਘ ਸਿਰਸਾ ਉਹਨਾਂ ਨੂੰ ਕਿਹਾ ਕਿ ਉਹ ਆਪਣਾ ਨਗਰ ਕੀਰਤਨ ਜਦੋਂ ਮਨਜ਼ੂਰੀ ਅਗਲੀ ਮਿਲ ਜੂਗੀ ਤਾਂ ਉਦੋਂ ਉਹ ਤਿਆਰੀ ਕਰਨ। ਜਿਹੜੀ ਹਾਲ ਦੀ ਕੜੀ ਹੈਗੀ ਹੈ ਜਿਹੜੀ ਸਿੱਖ ਸੰਗਤ ਹੈ ਉਹ ਜਿਹੜਾ ਹੈਗਾ ਸਰਨਾ ਭਰਾਵਾਂ ਵੱਲੋਂ ਜਿਹੜਾ ਪਾਕਿਸਤਾਨ ਲੈ ਕੇ ਜਿਹੜਾ ਨਗਰ ਕੀਰਤਨ ਆ ਉਹਦੇ ਵਿੱਚ ਸਹਿਯੋਗ ਦੇਣ ਅਤੇ ਜਿਹੜੀ ਹੈਗਾ ਤਾਂ ਜੋ ਇਹ ਜਿਹੜਾ ਹੈਗਾ ਇਹਦਾ ਗਲਤ ਪ੍ਰਭਾਵ ਨਾ ਜਾਵੇ ਅਤੇ ਇਹਦੇ ਨਾਲ ਇਹ ਇੱਕ ਵਧੀਆ ਇੱਕ ਗੱਲਬਾਤ ਹੈਗੀ ਕਹਿ ਸਕਦੇ ਹਾਂ ਕਿ ਇਹਦੇ ਨਾਲ ਜਿਹੜੀ ਇਹ ਪੂਰੀ ਸੰਗਤ ਪੂਰੇ ਜੋਸ਼ ਦੇ ਨਾਲ ਇੱਕ ਨਗਰ ਕੀਰਤਨ ਦੇ ਨਾਲ ਜੁੜ ਜੂਗੀ।
ਬਿਲਕੁਲ ਜੀ, ਮਹਿੰਗਾਈ ਦੀ ਜੇ ਗੱਲ ਕਰ ਲਈਏ ਦਰਸ਼ਕ ਜੀ, ਤਾਂ ਪਿਆਜ਼ ਤਾਂ ਮਹਿੰਗਾ ਹੋਇਆ ਹੋਇਆ ਸੀ, ਹੁਣ ਟਮਾਟਰ ਪਿਆਜ਼ ਨਾਲੋਂ ਵੀ ਮਹਿੰਗੇ ਹੋ ਗਏ। ਹਾਂਜੀ ਮਨਦੀਪ ਜੀ, ਉਹੀ ਗੱਲ ਜਿਹੜਾ ਹੈਗਾ, ਜਿਹੜਾ ਇੱਧਰ ਮਹਾਰਾਸ਼ਟਰ ਵਗੈਰਾ ਹੋਰ ਜਿਹੜੇ ਕਰਨਾਟਕ ਸੂਬੇ ਹੈ, ਇਹਨਾਂ ਦੇ ਵਿੱਚ ਹੜ੍ਹ ਅਤੇ ਜ਼ਿਆਦਾ ਮੀਂਹ ਦੇ ਕਾਰਨ ਜਿਹੜੀ ਹੈ ਫਸਲ ਬਹੁਤ ਪ੍ਰਭਾਵਿਤ ਹੋਈ ਹੈ। ਪਹਿਲਾਂ ਪਿਆਜ਼ ਕਾਫੀ ਜ਼ਿਆਦਾ ਮਹਿੰਗਾ ਹੋਇਆ, ਉਹ ਵੀ 80 ਰੁਪਏ ਤੱਕ ਜਾਂਦਾ ਰਿਹਾ, ਅਤੇ ਕੱਲ੍ਹ ਆਪਾਂ ਇਸ ਗੱਲ ਦੇ ਉੱਤੇ ਮਤਲਬ ਵਿਸ਼ੇਸ਼ ਇੱਕ ਗੱਲਬਾਤ ਵੀ ਕੀਤੀ ਸੀ ਕਿ ਬਠਿੰਡੇ ਦੇ ਵਿੱਚ ਪਿਆਜ਼ ਦਾ ਟਰੱਕ ਲੁੱਟਣ ਦੇ ਲਈ ਕਤਲ ਤੱਕ ਹੋ ਗਿਆ ਸੀਗਾ, ਅਤੇ ਹੁਣ ਟਮਾਟਰ ਵੀ ਜਿਹੜਾ ਹੈਗਾ ਉਹ ਜਿਹੜਾ ਹੈਗਾ 80 ਰੁਪਏ ਦੇ ਕਿਲੋ ਜਿਹੜਾ ਹੈਗਾ ਬਣਿਆ ਹੋਇਆ। ਅਤੇ ਇਹਦੇ ਨਾਲ ਜਿਹੜੇ ਹੈਗੇ ਲੋਕ ਵੀ ਵਿਚਾਰੇ ਨਾ ਕਾਫੀ ਲਾਲ ਪੀਲੇ ਹੋ ਰਹੇ ਨੇ, ਕਿਉਂਕਿ ਉਹਨਾਂ ਦੀ ਜੇਬਾਂ ਦੇ ਉੱਤੇ ਬੜਾ ਡਾਕਾ ਪੈ ਰਿਹਾ। ਮਤਲਬ ਇਸ ਤਰੀਕੇ ਨਾਲ ਇਹ ਸਬਜ਼ੀਆਂ ਦੇ ਨਾਲ ਜਿਹੜਾ ਹੈ ਮਹਿੰਗਾਈ ਤਾਂ ਉਂਝ ਵੀ ਵਧੀ ਹੋਈ ਹੈ, ਅਤੇ ਜੇ ਸਬਜ਼ੀਆਂ ਵੀ ਮਹਿੰਗੀਆਂ ਹੋ ਜਾਣਗੀਆਂ ਤਾਂ ਬਹੁਤ ਜ਼ਿਆਦਾ ਲੋਕਾਂ ਦੇ ਜਿਹੜਾ ਹੈਗਾ। ਇਸ ਸਮੇਂ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਉੱਥੇ ਧਾਰਾ 370 ਲੱਗੀ ਹੋਈ ਹੈ। ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਜਿਹੜੇ ਪ੍ਰਮੁੱਖ ਲੀਡਰ ਨੇ ਇਸ ਸਮੇਂ ਹਿਰਾਸਤ ਦੇ ਵਿੱਚ ਨੇ, ਨਜ਼ਰਬੰਦ ਕੀਤੇ ਹੋਏ ਨੇ, ਅਤੇ ਉਹਨਾਂ ਨੂੰ ਜਿਹੜੀ ਹੈ ਬਿਲਕੁਲ ਆਜ਼ਾਦੀ ਨਹੀਂ ਹੈਗੀ ਕਿਸੇ ਵੀ ਤਰ੍ਹਾਂ ਦੀ ਸਿਆਸੀ ਜਾਂ ਸਮਾਜਿਕ ਸਰਗਰਮੀਆਂ ਕਰਨ ਦੀ। ਲੋਕ ਉਸ ਉੱਥੇ ਜਿਹੜੇ ਹੈਗੇ ਕਾਫੀ ਜਿਹੜੇ ਗੁੱਸੇ ਦੇ ਵਿੱਚ ਨੇ, ਨਿਰਾਸ਼ ਨੇ, ਨਾਰਾਜ਼ ਨੇ ਕਿ ਉਹਨਾਂ ਨੂੰ ਜਿਹੜੀ ਹੈਗੀ ਹੈ ਆਜ਼ਾਦੀ ਨਹੀਂ ਦਿੱਤੀ ਜਾ ਰਹੀਗੀ ਪਾਬੰਦੀਆਂ ਦੇ ਕਾਰਨ। ਅਤੇ ਉੱਥੇ ਜਿਹੜੀ ਹੈਗੀ 24 ਅਕਤੂਬਰ ਨੂੰ ਜਿਹੜੀ ਹੈਗੀ ਹੈ ਬਲਾਕ ਡਿਵੈਲਪਮੈਂਟ ਚੋਣਾਂ ਹੋਣੀਆਂ ਨੇ, ਅਤੇ ਉਸ ਦੇ ਵਿੱਚ ਉਹਦੀਆਂ ਸਰਕਾਰ ਵੱਲੋਂ ਤਿਆਰੀਆਂ ਕੀਤੀ ਜਾ ਰਹੀਆਂ ਨੇ। ਇਸ ਸੰਬੰਧ ਵਿੱਚ ਨੈਸ਼ਨਲ ਕਾਨਫਰੰਸ ਨੇ ਵੀ ਕਿਹਾ ਕਿ ਅਸੀਂ ਉਹ ਉਹਨਾਂ ਵਿੱਚ ਹਿੱਸਾ ਨਹੀਂ ਲਵਾਂਗੇ, ਅਤੇ ਇਸੇ ਗੱਲ ਕਰਕੇ ਕਾਂਗਰਸ ਦਾ ਵੀ ਇਹੀ ਕਾਰਨ ਹੈ ਕਿ ਉਹ ਉਹਨਾਂ ਨੇ ਬਾਈਕਾਟ ਦਾ ਸੱਦਾ ਦਿੱਤਾ ਹੈ, ਕਿਉਂਕਿ ਉਹਨਾਂ ਦੇ ਲੀਡਰ ਵੀ ਜਿਹੜੇ ਇਸ ਸਮੇਂ ਕਾਫੀ ਜ਼ਿਆਦਾ ਜੇਲ੍ਹ ਮਤਲਬ ਨਜ਼ਰਬੰਦ ਹੋਏ ਹੋਏ ਨੇ, ਅਤੇ ਉਹ ਕੋਈ ਵੀ ਆਪਣੀਆਂ ਸਿਆਸੀ ਸਰਗਰਮੀਆਂ ਚਲਾ ਹੀ ਨਹੀਂ ਸਕਦੇ ਹੈਗੇ। ਜੀ ਬਿਲਕੁਲ ਦਰਸ਼ਕ ਜੀ, ਸਮਾਂ ਹੋ ਗਿਆ ਜੀ ਨਾਰਥ ਅਮਰੀਕਾ ਦੇ ਦਰਸ਼ਕਾਂ ਤੋਂ, ਅਸੀਂ ਜਾਇਜ਼ਾ ਲੈਂਦੇ ਹਾਂ। ਧੰਨਵਾਦ ਆਪ ਜੀ ਦਾ, ਧੰਨਵਾਦ ਦਰਸ਼ਕਾਂ ਦਾ ਸ਼ੋਅ ਦੇਖਣ ਦੇ ਲਈ। ਹੁਣ ਸਾਨੂੰ ਦਿਓ ਆ ਗਿਆ, ਸਤਿ ਸ਼੍ਰੀ ਅਕਾਲ ਜੀ।